ਉਹਦੇ ਜੀ ਪਹੁੰਚੇ ਆ ਜੀ ਉੱਥੇ ਉਸ ਏਰੀਆ ਵਿੱਚ ਆ ਦੇਖ ਲਿਓ ਕਿੰਨਾ ਪਿਆਰਾ ਵਿਊ ਹੈ ਬਾਹਰ ਉਹਨਾਂ ਨੇ ਗਾਰਡਨ ਬੜੇ ਅੱਛੀ ਬਿਲਡਿੰਗ ਬਣਾਈ ਹੈ ਔਰ ਬਾਹਰ ਦਾ ਗਾਰਡਨ ਹੈ ਅਤੇ ਗੱਡੀਆਂ ਵਗੈਰਾ ਖੜੇ ਹੋ ਸਕਦੀਆਂ ਹਨ ਬਾਹਰ ਵਿਊ ਬਹੁਤ ਕਮਾਲ ਦਾ ਛੋਟਾ ਜਿਹਾ ਦੇਖੇ ਅੱਗੇ ਵਾਲਾ ਅਸਲਾਮ ਅਲੈਕਮ ਵੈਲਕਮ ਬੈਕ ਟੂ ਮਾਈ ਵਲੋਗ ਔਰ ਮੈਂ ਤੁਹਾਨੂੰ ਪਹਿਲੇ ਵਲੋਗ ਵਿੱਚ ਦੱਸਿਆ ਸੀ ਕਿ ਮੈਂ ਜੋ ਮਾਰੇ ਜਲ ਤੁਹਾਨੂੰ ਦਿਖਾਇਆ ਸੀ ਉਹ ਜਦ ਅੰਦਰ ਦਾ ਵਿਊ ਦਿਖਾਉਣਾ ਹੈ ਔਰ ਇਸ ਬੜੀ ਪਿਆਰੀ ਕਲੋਨੀ ਹੈ ਬਾਬਲ ਨਗਰ ਦੇ ਵਿੱਚ ਬਹੁਤ ਪਿਆਰੀ ਕਲੋਨੀ ਜਿਹਦੇ ਵਿੱਚ ਤੁਹਾਨੂੰ ਇੱਕ ਬਹੁਤ ਪਿਆਰਾ ਰੋਇਲ ਪਾਮ ਮੈਰਿਜ ਹਾਲ ਹੈ ਜਿਹੜਾ ਤੁਹਾਨੂੰ ਦਿਖਾਉਣਾ ਹੈ ਅੰਦਰ ਦਾ ਵਿਊ ਦਿਖਾਉਣਾ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਔਰ ਬਹੁਤ ਜ਼ਿਆਦਾ ਪੈਸਾ ਲਾਇਆ ਗਿਆ ਇਨਸ਼ਾਅੱਲਾ ਮਿਲਦੇ ਹਾਂ ਔਰ ਇਸ ਕਲੋਨੀ ਦਾ ਨਾਮ ਹੈ ਪਾਮ ਐਵੇਨਿਊ ਔਰ ਇਸ ਤੇ ਬਹੁਤ ਪਿਆਰਾ ਵਿਊ ਨੇ ਔਰ ਇਹ ਬੜਾ ਕੋਸਟਲੀ ਔਰ ਮਹਿੰਗਾ ਬਾਹਰ ਦਾ ਡਿਜ਼ਾਇਨ ਕੀਤਾ ਹੋਇਆ ਔਰ ਇਹਦਾ ਵਿਊ ਤਕਰੀਬਨ ਮੈਕਸੀਮਮ ਕਿਤੇ ਨਹੀਂ ਮਿਲੇਗਾ ਔਰ ਇਸ ਕਲੋਨੀ ਦਾ ਬੈਸਟ ਔਰ ਇਸ ਬਾਬਲ ਨਗਰ ਦਾ ਔਰ ਇਸ ਸ਼ਹਿਰ ਦਾ ਬੈਸਟ ਜੋ ਮੈਰਿਜ ਹਾਲ ਗਿਣਾ ਜਾਂਦਾ ਇਹੀ ਹੈ ਔਰ ਮਿਲਦੇ ਹਾਂ ਅਗਲੀ ਵਲੋਗ ਵਿੱਚ ਔਰ ਸਬਸਕ੍ਰਾਈਬ ਕਰਿਓ ਔਰ ਬੁਲਿਓ ਨਹੀਂ ਔਰ ਬੈਲ ਆਈਕਨ ਦਾ ਬਟਨ ਦਬਾ ਦਿਓ ਔਰ ਚਲਦੇ ਹਾਂ ਅੱਗੇ ਦੇਖਣ ਚੱਲਦੇ ਹਾਂ ਮੈਂ ਉਹਦਾ ਵਿਊ ਸਾਰਾ ਦੇਖਣਾ ਹੈ ਔਰ ਮੈਰਿਜ ਹਾਲ ਦੀ ਸਾਰੀ ਦੇਖਣੇ ਹਾਂ ਬਾਹਰ ਦੀ ਸਿਚੁਏਸ਼ਨ ਫਿਰ ਅੰਦਰ ਦੀ ਸਿਚੁਏਸ਼ਨ ਦੇਖਣੇ ਹਾਂ ਤੁਹਾਨੂੰ ਸਾਰਾ ਦਿਖਾਉਣੇ ਹਾਂ ਕਿਵੇਂ ਦਾ ਹੈ ਠੀਕ ਹੈ ਔਰ ਇਹਦਾ ਉਹਨਾਂ ਦਾ ਆਫਿਸ ਹੈ ਔਰ ਆਫਿਸ ਹੈ ਆ ਬਾਹਰ ਦਾ ਵਿਊ ਅੱਗੇ ਉੱਥੇ ਉਹਨਾਂ ਨੇ ਪਾਰਕ ਵਗੈਰਾ ਬਣਾਇਆ ਹੋਇਆ ਬੜੀ ਪਿਆਰੀ ਕਲੋਨੀ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਠੀਕ ਹੈ ਮਿਲਦੇ ਹਾਂ ਅੱਗੇ ਚਲਾ ਜਾਓ ਸਾਥ ਰਹੀਓ ਸਬਸਕ੍ਰਾਈਬ ਕਰਿਓ ਔਰ ਬੈਲ ਆਈਕਨ ਦਾ ਬਟਨ ਦਬਾ ਦਿਓ ਚਲ ਜੋ ਉਸ ਬਿਲਡਿੰਗ 'ਤੇ ਪਹੁੰਚਿਆ ਹੈ ਔਰ ਇਸ ਮੈਰਿਜ ਹਾਲ 'ਤੇ ਪਹੁੰਚਿਆ ਹੈ ਔਰ ਅੰਦਰ ਦਾ ਵਿਊ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੈ ਸਾਥ ਰਹੀਓ ਔਰ ਸਬਸਕ੍ਰਾਈਬ ਕਰਿਓ ਉਤਨੀ ਦੇਰ ਨੂੰ ਠੀਕ ਹੈ ਚਲੋ ਬਈ ਆ ਜਾਓ ਆ ਜੀ ਅੰਦਰ ਦਾ ਵਿਊ ਅੱਛਾ ਅੰਦਰ ਦਾ ਵਿਊ ਹੈ ਜੀ ਅਸਲਾਮੁਅਲੈਕਮ ਫਿਰ ਪਹੁੰਚੇ ਹਾਂ ਜੀ ਉਸ ਜਗ੍ਹਾ 'ਤੇ ਜਿਹਨੇ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਮੈਰਿਜ ਹਾਲ ਦਾ ਇੱਕ ਵਿਜ਼ਿਟ ਕਰਵਾਉਣਾ ਹੈ ਬਹੁਤ ਪਹਿਲੇ ਜਿਹਨੇ ਕੰਸਟਰਕਸ਼ਨ ਸਟਾਰਟ ਹੈਗੇ ਤਕਰੀਬਨ 3 ਸਾਲ ਹੋ ਗਏ ਇਸ ਕੰਮ ਹੁੰਦੇ ਨੂੰ ਔਰ ਅੱਗੇ ਵੀ 2 ਸਾਲਾਂ ਦਾ ਪ੍ਰੋਜੈਕਟ ਹੈ ਔਰ ਹਾਲੀ ਕੰਪਲੀਟ ਨਹੀਂ ਹੋਇਆ ਔਰ ਇੰਨਾ ਪਿਆਰਾ ਬਣ ਗਿਆ ਜੇ ਯਾਦ ਨਹੀਂ ਔਰ ਠੀਕ ਹੈ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਪਿਆਰੇ ਵਿਊ ਦੇ ਨਾਲ ਆ ਜਾਓ ਦੇ ਸਕਦੇ ਹੋ ਠੀਕ ਹੈ ਅੱਗੇ ਆ ਜਾਓ ਔਰ ਬੜਾ ਅੱਛਾ ਪੱਥਰ ਚੱਲੇ ਉਹਨਾਂ ਨੇ ਬਹੁਤ ਜ਼ਿਆਦਾ ਕਾਰਪਟ ਔਰ ਬਹੁਤ ਜਗ੍ਹਾ ਨਰਮ ਜਗ੍ਹਾ ਰੱਖੀ ਹੈ ਬਹੁਤ ਕਮਾਲ ਦਾ ਵਿਊ ਹੈ ਬਹੁਤ ਕਮਾਲ ਦੀਆਂ ਕੰਫਰਟੇਬਲ ਚੀਜ਼ਾਂ ਨੇ ਔਰ ਵਾਲੀ ਕੁਰਸੀਆਂ ਬਹੁਤ ਖੂਬਸੂਰਤ ਨੇ ਬਹੁਤ ਜ਼ਿਆਦਾ ਖੂਬਸੂਰਤ ਨੇ ਕੀ ਬਾਤ ਹੈ ਅੱਛਾ